ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਕਾਗਜ਼ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਚੋਣ ਅਫਸਰਾਂ ਦੇ ਕੋਲ ਦਾਖਲ ਕਰਵਾਏ ਗਏ। ਵਿਧਾਨ ਸਭਾ ਹਲਕਾ ਕਾਦੀਆਂ ਦੇ ਜ਼ੋਨ ਨੰਬਰ 10 ਨੌਸ਼ਹਿਰਾ ਮਾਜਾ ਸਿੰਘ ਤੋਂ ਸ਼੍ਰੀਮਤੀ ਕਸ਼ਮੀਰ ਕੌਰ ਸਾਬਕਾ ਸਰਪੰਚ ਪਿੰਡ ਤਤਲਾ ਨੇ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਕਾਗਜ਼ ADC ਗੁਰਦਾਸਪੁਰ ਦੇ ਦਫ਼ਤਰ ਦੇ ਵਿੱਚ ਦਾਖਲ ਕਰਵਾਏ। ਵਿਧਾਨ ਸਭਾ ਹਲਕਾ ਬਟਾਲਾ ਅਧੀਨ ਪੈਂਦੇ ਪਿੰਡ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਜਿਹੜੇ ਪਿੰਡ ਪੈਂਦੇ ਆ ਉਹਦੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਨੰਬਰ 10 ਆ ਨੌਸ਼ਹਿਰਾ ਮਾਜਾ ਸਿੰਘ ਤੋਂ ਜਿਹੜੇ ਮੇਰੇ ਮਦਰ ਆ ਸ਼੍ਰੀਮਤੀ ਕਸ਼ਮੀਰ ਕੌਰ ਜੀ ਸਾਬਕਾ ਸਰਪੰਚ ਰਹੇ ਆ ਨਗਰ ਤਤਲਿਆਂ ਦੇ ਕਾਂਗਰਸ ਪਾਰਟੀ ਦੇ ਕਈ ਅਹੁਦਿਆਂ 'ਤੇ ਰਹਿ ਕੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਆ ਇਸ ਕਰਕੇ ਹਾਈਕਮਾਂਡ ਨੇ ਬੜੀ ਸੋਚ ਸਮਝ ਕੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਆ ਉਹ ਸਾਡੇ ਪੂਜਨੀਕ ਮਾਤਾ ਸ਼੍ਰੀਮਤੀ ਕਸ਼ਮੀਰ ਕੌਰ ਜੀ ਨੂੰ ਉਹਨਾਂ ਦੇ ਖਾਤੇ ਪਾਈ ਉਹਨਾਂ ਨੂੰ ਦਿੱਤੀ ਆ ਕਿ ਬਿਲਕੁਲ ਸਾਫ ਹੋ ਚੁੱਕਾ ਵਾ ਕਿ ਜਿਸ ਤਰ੍ਹਾਂ ਅੱਜ ਆਪਾਂ ਇੰਨੀ ਗਿਣਤੀ ਦੇ ਵਿੱਚ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਕੇ ਆਏ ਹਾਂ ਉਹੀ ਇਹ ਗਵਾਹੀ ਭਰਦੇ ਆ ਕਿ ਐਲਾਨ ਹੋਣਾ ਬਾਕੀ ਆ ਜੰਗ ਅਸੀਂ ਜਿੱਤ ਲਈ ਆ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।